ਗੁਰੂ ਨਾਨਕ ਵਿਰਧ ਅਨਾਥ ਅਪਾਹਿਜ ਅਤੇ ਨੇਤਰਹੀਨ ਆਸ਼ਰਮ ਪਿੰਡ ਸਾਨੀ ਵਿਖੇ ਨੌਜਵਾਨ ਨੇ ਮਨਾਇਆ ਆਪਣਾ ਜਨਮ ਦਿਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਿੰਡ ਅਲੀਪੁਰ ਤੋਂ ਆਏ ਸਰਦਾਰ ਜਸਪਾਲ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਪੁੱਤਰ ਦਾ ਅੱਜ ਜਨਮ ਦਿਨ ਹੈ ਅਤੇ ਉਹਨਾਂ ਉਸਦਾ ਜਨਮ ਦਿਨ ਸਾਨੀ ਆਸ਼ਰਮ ਵਿੱਚ ਰਹਿ ਰਹੇ ਬੱਚਿਆਂ ਦੇ ਨਾਲ ਮਨਾਇਆ, ਜਿਸ ਨਾਲ ਉਹਨਾਂ ਨੂੰ ਬਹੁਤ ਹੀ ਵਧੀਆ ਲੱਗਾ। ਸੁਖਪਾਲ ਸਿੰਘ, ਮੇਰੇ ਪੋਤਰੇ ਦਾ ਅੱਜ ਬਰਥਡੇ ਆ ਜੀ। ਆਪਣੇ ਢੇਸੀ ਪਰਿਵਾਰ ਨਾਲ ਸੰਬੰਧ ਆਉਂਦੇ ਆ। ਅਸੀਂ ਇਸ ਆਸ਼ਰਮ ਦੇ ਵਿੱਚ ਬੱਚਿਆਂ ਦੀ ਪੀਜ਼ਾ ਸੇਵਾ ਜਿੱਦਾਂ ਬੱਚੇ ਦੀ ਕੀਤੀ ਆ ਜੀ, ਅਤੇ ਔਰ ਸਾਨੀ ਪਿੰਡ ਦੇ ਵਿੱਚ ਆਸ਼ਰਮ ਅਸੀਂ ਪਹਿਲੀ ਵਾਰੀ ਆਏ ਹਾਂ ਜੀ। ਸਾਨੂੰ ਇੰਨਾ ਵਧੀਆ ਲੱਗਾ ਵੀ ਕੋਈ ਇਹਦਾ ਕੋਈ ਗੱਲ ਹੀ ਕਹਿੰਦੇ। ਪਰਮਾਤਮਾ ਅਤੇ ਨਾਨਕ ਦੇਵ ਜੀ ਦਾ ਡਾ ਕਿਰਪਾ ਜੀ, ਸਾਰਾ ਹੀ ਸਾਨੂੰ ਪ੍ਰਧਾਨ ਸਾਹਿਬ ਨੇ ਦਿਖਾਲਿਆ ਜੀ ਆਸ਼ਰਮ, ਔਰ ਸਫਾਈ ਇੰਨੀ ਵਧੀਆ ਢੰਗ ਨਾਲ ਜੀ ਸੇਵਾ ਨਿਭਾ ਰਹੇ ਨੇ ਪ੍ਰਧਾਨ ਜੀ ਹੁਣੀ, ਬਾਬਾ ਜੀ ਰਣਜੀਤ ਸਿੰਘ ਹੁਣੀ, ਔਰ ਬੀਬੀਆਂ ਵੀ ਮਾਤਾਵਾਂ ਵੀ ਦੇਖੀਆਂ, ਬਜ਼ੁਰਗ ਵੀ ਦੇਖੇ, ਉਹਨਾਂ ਦੇ ਵੀ ਅਸੀਂ ਤਾਂ ਬਹੁਤ ਸਦਕੇ ਹਾਂ ਵੀ ਭੇਜਣ ਵਾਲਿਆਂ ਦਾ ਵੀ ਸ਼ਾਬਾਸ਼ ਕਿਹੜੇ ਆ, ਵੱਡੀ ਸੇਵਾ ਨਿਭਾ ਰਹੇ ਆ ਜੀ ਬਜ਼ੁਰਗਾਂ ਬੱਚਿਆਂ ਦੀ। ਇਹਨਾਂ ਦਾ ਕੋਈ ਗਵਾਹ ਵੀ ਨਹੀਂ ਹੈਗਾ ਜੀ, ਇਹ ਤਾਂ ਭਾਈ ਪੂਰਨ ਸਿੰਘ ਬਾਬਾ ਜੀ ਦੇ ਵੀ ਪਰਿਵਾਰ ਦੇ ਵਿੱਚੋਂ ਆ ਜੀ ਇਹ, ਜਿਹੜੀ ਇੰਨੀ ਸੇਵਾ ਨਿਭਾ ਰਿਹਾ ਜੀ। ਔਰ ਆਸ਼ਰਮ ਬਹੁਤ ਹੀ ਸੁੰਦਰ ਆ ਜੀ, ਉਹ ਸਲਾਂਘਾ ਯੋਗ ਆ ਜੀ। ਸਾਨੂੰ ਜਿੰਨੀਆਂ ਆਪਣੇ ਆਲੇ ਦੁਆਲੇ ਦੇ ਪਿੰਡ ਸਾਧ ਸੰਗਤਾਂ ਵੱਧ ਚੜ੍ਹ ਕੇ ਯੋਗ ਦਿਆ ਕਰੋ, ਆ ਕੇ ਆਸ਼ਰਮ ਦੇ ਵਿੱਚ ਆਇਆ ਕਰੋ, ਚਲੋ ਜਿੰਨੀ ਵੀ ਸੇਵਾ ਸਰਦੀ ਆ ਉੱਨੀ ਦਿਓ। ਬਾਕੀ ਬਾਬਾ ਰਣਜੀਤ ਸਿੰਘ ਉਹਨਾਂ ਨਾਲ ਵੀ ਮੋਢਿਆਂ ਮੋਢਾ ਲੈ ਕਰੋ ਜੀ, ਬਜ਼ੁਰਗ ਆਪਣੇ ਆ, ਔਰ ਦੇਖੋ ਉਹਨਾਂ ਨੇ ਕਿੰਨਾ ਸਦਕਾ ਵਾ ਵੀ ਪਰਿਵਾਰ ਦੇ ਨਾਤੇ ਸਾਰੇ ਬੱਚਿਆਂ ਨੂੰ ਆਸ਼ਰਮ ਦੇ ਵਿੱਚ ਪਿਆਰ ਕਰਦੇ ਆ ਜੀ। ਜਿੰਨੇ ਵੀ ਫਗਵਾੜੇ ਦੇ ਲਾਗੇ ਜਲੰਧਰ ਔਰ ਆਪਣੇ ਗਰਾਇਆ ਫਲੌਰ ਜਿੰਨੇ ਵੀ ਆਪਣੇ ਭਾਈ ਭਰਾ ਪਿੰਡ ਹੈਗੇ ਨਾ ਸ਼ਹਿਰ ਨਗਰ ਆ, ਆ ਕੇ ਜੀ ਆਸ਼ਰਮ ਦੇ ਨਾਲ ਯੋਗ ਪਾਇਆ ਕਰੋ ਕਿ ਇਹਨਾਂ ਦਾ ਵੀ ਇੱਕ ਬਹੁਤ ਹੀ ਧੰਨਵਾਦ ਕਰਾਂਗੇ। ਇਹ ਵੀ ਖੁਸ਼ ਹੋਣਗੇ ਵੀ ਬਈ ਸਾਡੀ ਕਿਹੜੀ ਸੇਵਾ ਕਰ ਰਹੇ ਹਾਂ, ਦੁਨੀਆ ਪਿੰਡਾਂ ਦੇ ਵਿੱਚ ਵੀ ਇਹਦਾ ਪ੍ਰਭਾਵ ਹੈਗਾ ਜੀ। ਸਾਰੇ ਮੇਰੇ ਵੀਰ ਗੁਰੂ ਮਹਾਰਾਜ ਕਿਹਾ ਵੀ ਜਿੱਥੇ ਸੰਗਤ ਵਾ ਉੱਥੇ ਪਰਮਾਤਮਾ ਵਾ, ਹਾਂਜੀ ਇਹਦੇ ਵਿੱਚ ਵੱਧ ਤੋਂ ਵੱਧ ਆ ਕੇ ਇੱਥੇ ਆਇਆ ਕਰੋ ਅਤੇ ਇਹਨਾਂ ਦਾ ਹੌਸਲਾ ਵਧਾਈ ਕਰਾਇਆ ਜੀ। ਵਾਹਿਗੁਰੂ ਜੀ ਕਾ ਖਾਲਸਾ। ਇਸੇ ਤਰ੍ਹਾਂ ਸਾਨੀ ਆਸ਼ਰਮ ਵਿਖੇ ਅਲਾਇੰਸ ਕਲੱਬ ਫਗਵਾੜਾ ਰੋਇਲ ਵੱਲੋਂ ਬੱਚਿਆਂ ਅਤੇ ਬਜ਼ੁਰਗਾਂ ਲਈ ਜ਼ਰੂਰਤ ਦਾ ਸਮਾਨ ਭੇਟ ਕੀਤਾ ਗਿਆ। ਇਸ ਮੌਕੇ ਪ੍ਰਧਾਨ ਐਲਾਏ ਪਦਮ ਲਾਲ, ਜ਼ਿਲ੍ਹਾ ਸਕੱਤਰ ਐਲਾਏ ਰਾਜੀਵ ਸੂਦ, ਜੋਨ ਚੇਅਰਮੈਨ ਐਲਾਏ ਰਮਨਜੀਤ ਚਾਨਾ ਆਦਿ ਹਾਜ਼ਰ ਸਨ। ਅਲਾਇੰਸ ਕਲੱਬ ਫਗਵਾੜਾ ਰੋਇਲ ਵੱਲੋਂ ਅਸੀਂ ਬੜਭਾਗੀ ਹਾਂ ਕਿ ਸਾਨੂੰ ਇਹ ਮੌਕਾ ਮਿਲਿਆ, ਸੇਵਾ ਦਾ ਮੌਕਾ ਮਿਲਿਆ। ਪਰਮਾਤਮਾ ਅੱਗੇ ਅਰਦਾਸ ਆ ਸਾਨੂੰ ਫਿਰ ਵੀ ਇੱਦਾਂ ਹੀ ਮੌਕਾ ਮਿਲਦਾ ਰਹੇ, ਸੇਵਾ ਕਰਦੇ ਰਹੀਏ, ਉਹਦੇ ਚਰਨਾਂ ਦੇ ਵਿੱਚ ਇੱਦਾਂ ਹੀ ਅਸ਼ੀਰਵਾਦ ਪ੍ਰਾਪਤ ਕਰ। ਮੈਂ ਬਾਕੀ ਵੀ ਹੋਰ ਜਨਤਾ ਨੂੰ ਅਪੀਲ ਕਰਦਾ, ਕਿਉਂਕਿ ਜਿਹੜਾ ਟਾਈਮ ਹੈਗਾ ਬਹੁਤ ਔਖਾ ਟਾਈਮ ਨਿਕਲ ਰਿਹਾ ਹੈਗਾ ਕਰੋਨਾ ਦਾ, ਜਿਹਦੇ ਵਿੱਚ ਖਰਚੇ ਤਾਂ ਸਾਰੇ ਚਲੋ ਜਿੰਨੇ ਵੀ ਸਭਾ ਹੈਗੀਆਂ ਉਹਦੇ ਚੱਲ ਰਹੇ ਆ, ਕਿਉਂਕਿ ਲੋਕ ਆਪਣੇ ਆਪਣੇ ਘਰਾਂ 'ਚ ਬੰਦ ਆ, ਉਹ ਬਾਹਰ ਨਿਕਲਦੇ ਨਹੀਂ, ਇਸ ਕਰਕੇ ਇੱਦਾਂ ਦੀਆਂ ਜਗ੍ਹਾ ਦੇ ਉੱਤੇ ਇਹਨਾਂ ਦੇ ਖਰਚੇ ਨਿਕਲਣੇ ਮੁਸ਼ਕਲ ਆ। ਸਾਰਿਆਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਜਿੰਨੀ ਵੀ ਜਿਹਦੀ ਸਮਰੱਥਾ ਹੈਗੀ ਆ ਇੱਦਾਂ ਦੀ ਜਗ੍ਹਾ 'ਤੇ ਆ ਕੇ ਸੇਵਾ ਦਾ ਮੌਕਾ ਜ਼ਰੂਰ ਅਵੇਲ ਕਰੋ। ਗੁਰੂ ਨਾਨਕ ਵਿਰਧ ਅਨਾਥ ਅਪਾਹਿਜ ਅਤੇ ਨੇਤਰਹੀਨ ਆਸ਼ਰਮ ਪਿੰਡ ਸਾਨੀ ਵਿਖੇ ਪਿੰਡ ਭਵਿਆਣਾ ਦੇ ਦਾਨੀ ਸੱਜਣ ਪਿਆਰੇ ਲਾਲ ਵੱਲੋਂ ਪਰਿਵਾਰ ਸਮੇਤ ਆਸ਼ਰਮ ਵਾਸੀਆਂ ਲਈ ਰਾਸ਼ਨ ਅਤੇ ਜ਼ਰੂਰ ਦਾ ਸਮਾਨ ਦਿੱਤਾ ਗਿਆ। ਇਸ ਮੌਕੇ ਮੁੱਖ ਸੰਚਾਲਕ ਬਾਬਾ ਰਣਜੀਤ ਸਿੰਘ ਸਾਨੀ ਵੱਲੋਂ ਪਿਆਰੇ ਲਾਲ ਭਵਿਆਣਾ ਨੂੰ ਸਿਰਪਾਉ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੁਖਵਿੰਦਰ ਕੁਮਾਰ, ਸਟੀਫਨ ਨਿਗਾਹ, ਕਮਲੇਸ਼ ਰਾਣੀ, ਅੰਕੁਸ਼ ਨਿਗਾਹ, ਬਨੀਤ ਨਿਗਾਹ ਆਦਿ ਹਾਜ਼ਰ ਸਨ। ਨਗਰ ਭਵਿਆਣਾ ਤੋਂ ਆਏ ਹਾਂ
इस आश्रम च अगे भी असी आते रही दा इन्हों का प्रबंध बड़ा वधिया आ ते बहुत वधिया खाना बना बना के देंदे ने लोगों ते असी आ कुछ राशन पानी सुक्का लैके आए हैं आटा है जी दाल आ प्याज है सब्जी आ खंड आ बोले सो निहाल।